ਠੀਕ ਕਿੱਦਾਂ ਲੱਗੀ? ਬਹੁਤ ਅੱਛੀ ਸੀਗੀ ਮੂਵੀ, ਬਹੁਤ ਇਮੋਸ਼ਨਲ ਸੀਗੀ, ਬਹੁਤ ਅੱਛੀ ਲੱਗੀ ਮੈਨੂੰ, ਥੈਂਕ ਯੂ। ਤੇ ਜਦੋਂ ਅਰਦਾਸ ਚੱਲ ਰਹੀ ਸੀਗੀ ਉਦੋਂ ਕੀ ਫੀਲ ਕੀਤਾ ਤੁਸੀਂ? ਅੱਛਾ ਫੀਲ ਹੋ ਰਿਹਾ ਸੀ, ਅੱਛਾ, ਥੋੜ੍ਹਾ ਜਿਹਾ ਇਮੋਸ਼ਨਲ ਸੀਗਾ। ਇਮੋਸ਼ਨਲ ਸੀਗਾ। ਰੋਏ ਹੋ ਤੁਸੀਂ ਫਿਲਮ ਵੇਖ ਕੇ? ਹਾਂਜੀ ਮੰਮਾ ਨੂੰ ਕੀ ਕਿਹਾ ਫਿਲਮ ਵੇਖਣ ਤੋਂ ਬਾਅਦ? ਇਮੋਸ਼ਨਲ ਸੀਗੀ ਅਤੇ ਅੱਛੀ ਸੀਗੀ। ਬਹੁਤ ਹਾਂਜੀ ਤੁਸੀਂ ਵੱਡੀ ਗੱਲ ਹੈ ਕਿ ਤੁਸੀਂ ਬੱਚੀ ਨਾਲ ਫਿਲਮ ਲੈ ਕੇ ਆਏ ਹੋ ਔਰ ਇੰਨੀ ਛੋਟੀ ਉਮਰ 'ਚ ਬੱਚੀ ਨੇ ਇਹ ਚੀਜ਼ ਫੀਲ ਕੀਤੀ ਵੀ ਇਮੋਸ਼ਨਲ ਹੋਇਆ, ਤਾਂ ਮੈਨੂੰ ਲੱਗਦਾ ਤਾਂ ਬਹੁਤ ਵੱਡੀ ਉਪਲਬਧੀ ਹੈ ਸਾਡੀ। ਹਾਂਜੀ, ਇਹ ਮੈਂ ਚਾਹੁੰਦੀ ਹਾਂ ਕਿ ਜਿਵੇਂ ਅਸੀਂ ਆਪਣੇ ਰੂਟਸ ਨਾਲ ਟੱਚ ਸੀਗੇ ਤਾਂ ਅੱਗੇ ਤੋਂ ਬੱਚੇ ਵੀ ਐਵੇਂ ਟੱਚ ਹੋਣ, ਤਾਂ ਇੱਕ ਮੂਵੀ ਦੇ ਜ਼ਰੀਏ ਬਹੁਤ ਵਧੀਆ ਮੈਸੇਜ ਹੈ। ਮੈਂ ਕਹਿੰਦੀ ਹਾਂ ਕਿ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਸਾਰੇ ਆਪਣੇ ਬੱਚਿਆਂ ਨੂੰ ਦਿਖਾਉਣ ਲਿਆਉਣ, ਕਿਉਂਕਿ ਸਪੈਸ਼ਲ ਇਹ ਚੀਜ਼ ਜਾ ਰਹੀ ਹੈ ਫੋਨਾਂ ਕਰਕੇ ਜਾਂ ਟੈਕਨੋਲੋਜੀ ਆ ਗਈ ਇੰਨੀ ਕਿ ਅਸੀਂ ਸਾਡੇ ਕੋਲ ਬੱਚਿਆਂ ਲਈ ਟਾਈਮ ਨਹੀਂ ਅਤੇ ਬੱਚਿਆਂ ਕੋਲ ਸਾਡੇ ਲਈ ਟਾਈਮ ਨਹੀਂ ਹੈ। ਇਸ ਲਈ ਇਹ ਮੂਵੀ ਦੇਖ ਕੇ ਬਹੁਤ ਵਧੀਆ ਮੈਸੇਜ ਹੈ। ਅਸੀਂ ਖੁਦ ਬਹੁਤ ਇਮੋਸ਼ਨਲ ਹੋ ਗਏ ਹਾਂ ਕਿ ਕਈ ਗੱਲਾਂ ਇਦਾਂ ਦੀਆਂ ਜਿਹੜੀਆਂ ਅਸੀਂ ਅੱਜ ਤੱਕ ਆਪਣੇ ਪੇਰੈਂਟਸ ਨਾਲ ਸ਼ੇਅਰ ਨਹੀਂ ਕੀਤੀਆਂ, ਦਿਲ 'ਚ ਰਹਿ ਜਾਂਦੀਆਂ, ਬਟ ਇਹ ਮੂਵੀ ਦੇਖ ਕੇ ਮੈਨੂੰ ਲੱਗਦਾ ਕਿ ਜਿੰਨਾ ਟਾਈਮ ਜਿਹੜਾ ਤੁਹਾਨੂੰ ਮਿਲਿਆ ਉਹ ਆਪਣੀ ਜ਼ਿੰਦਗੀ ਜੀ ਲਓ। ਹਾਂਜੀ, ਥੈਂਕ ਯੂ ਸੋ ਮਚ। ਕੀ ਕਹਿਣਾ ਚਾਹੁੰਦੇ ਜੀ? ਬਹੁਤ ਅੱਛੀ ਜੀ, ਬਹੁਤ ਰੋਇਆ ਵੀ ਹੈ, ਅੱਛੀ ਲੱਗੀ ਮੂਵੀ, ਫੈਮਿਲੀ ਨਾਲ ਬੈਠਣ ਵਾਲੀ ਹੈ, ਦੇਖਣ ਬੱਚਿਆਂ ਨੂੰ ਜ਼ਰੂਰ ਦਿਖਾਉਣਾ ਚਾਹੀਦਾ। ਅੱਜ ਕੱਲ੍ਹ ਜਿੰਨੇ ਵੀ ਬੱਚੇ ਸੁਸਾਇਟੀ ਤੋਂ ਥੋੜ੍ਹੇ ਮਾਂ ਪਿਓ ਤੋਂ ਦੂਰ ਹੋਈ ਜਾਂਦੇ ਨੇ, ਉਹਨਾਂ ਨੂੰ ਇਹ ਪਿਕਚਰ ਜ਼ਰੂਰ ਦੇਖਣੀ ਚਾਹੀਦੀ ਹੈ। ਮਾਂ ਪਿਓ ਦੀ ਰਿਸਪੋਂਸੀਬਿਲਟੀ ਹੈ ਕਿ ਬੱਚਾ ਨਾਲ ਲੈ ਕੇ ਇਹ ਪਿਕਚਰ ਦਿਖਾਉਣ। ਮੂਵੀ ਬਹੁਤ ਜ਼ਿਆਦਾ ਅੱਛੀ ਸੀ, ਅਸੀਂ ਤਾਂ ਬਹੁਤ ਰੁਲਾਇਆ ਵੀ ਇਸ ਮੂਵੀ ਨੇ, ਬਹੁਤ ਅੱਛਾ ਲੱਗਾ। ਪੇਰੈਂਟਸ ਲਈ ਜਿਹੜੀ ਆ ਬੜੀ ਰਿਸਪੈਕਟ ਦਿਖਾਈ ਗਈ ਹੈ, ਇੱਦਾਂ ਹੀ ਬੱਚਿਆਂ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ। ਬਹੁਤ ਸਾਰੇ ਕਲਾਕਾਰ ਜਿੰਨੇ ਗੁਰਪ੍ਰੀਤ ਘੁੱਗੀ ਜੀ, ਗਰੇਵਾਲ ਜੀ, ਜੈਸਮੀਨ ਜੀ ਅਤੇ ਨਿਰਮਲ ਰਿਸ਼ੀ ਜੀ ਅਤੇ ਹੋਰ ਸਾਰੇ ਕਲਾਕਾਰਾਂ ਨੇ ਬਹੁਤ ਹੀ ਅੱਛੀ ਤਰ੍ਹਾਂ ਨਾਲ ਆਪਣੀ ਭੂਮਿਕਾ ਨਿਭਾਈ ਔਰ ਬਹੁਤ ਅੱਛੀ ਮੂਵੀ ਹੈ ਪੰਜਾਬੀ। ਇਸੇ ਮਿਆਰ ਦੀਆਂ ਹੀ ਅੱਛੀਆਂ ਮੂਵੀਜ਼ ਜਿਹੜੀਆਂ ਉਹ ਬਣਨੀਆਂ ਚਾਹੀਦੀਆਂ, ਅਸੀਂ ਪੂਰੀ ਸਪੋਰਟ ਕਰਦੇ ਹਾਂ ਅਤੇ ਇਹਨਾਂ ਕਲਾਕਾਰਾਂ ਦੇ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇੱਕ ਇੰਨਾ ਅੱਛਾ ਥੀਮ ਜਿਹੜਾ ਸੀ, ਇੱਕ ਇੰਨਾ ਅੱਛਾ ਵਿਸ਼ਾ ਜਿਹੜਾ ਸੀਗਾ ਉਸ ਦੇ ਉੱਪਰ ਇਹ ਫਿਲਮ ਬਣਾਈ ਹੈ। ਅਤੇ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਔਰ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਇਸ ਮੂਵੀ ਨੂੰ ਜ਼ਰੂਰ ਦੇਖਣ। ਬਹੁਤ ਵਧੀਆ ਤੇ ਫਿਲਮ ਬਹੁਤ ਵਧੀਆ ਹੈ, ਮਾਂ ਬਾਪ ਦੀ ਆਦਰ ਕਰਨਾ ਸਿਖਾਇਆ ਹੋਇਆ ਇਹਦੇ 'ਚ, ਜਿਹੜੇ ਅੱਜ ਕੱਲ੍ਹ ਭੁੱਲਦੇ ਜਾਂਦੇ ਆ ਨਾ ਬੱਚੇ, ਉਹਨਾਂ ਨੂੰ ਸਿੱਖਿਆ ਮਿਲਣਾ ਚਾਹੀਦੀ ਹੈ, ਮਾਂ ਬਾਪਾਂ ਦੀ ਕਦਰ ਨਹੀਂ ਕਰਦੇ ਹੈਗੇ ਬੱਚੇ, ਇਸ ਕਰਕੇ ਫਿਲਮ ਬਹੁਤ ਅੱਛੀ ਹੈ ਜੀ। ਬਹੁਤ ਵਧੀਆ ਭਾਅ ਜੀ, ਫਿਲਮ ਬਹੁਤ ਵਧੀਆ, ਸਾਨੂੰ ਤਾਂ ਇੰਝ ਲੱਗਿਆ ਜਿਵੇਂ ਹਜ਼ੂਰ ਸਾਹਿਬ ਪਹੁੰਚ ਗਏ ਅਸੀਂ, ਜਿਵੇਂ ਅਰਦਾਸ ਹੋਈ ਉਸੇ ਪਲ ਮੈਨੂੰ ਲੱਗਿਆ ਕਿ ਵਾਕਈ ਉਸ ਜਗ੍ਹਾ 'ਤੇ ਪਹੁੰਚ ਗਏ ਹਾਂ ਜਿੱਥੇ ਸਾਨੂੰ ਇਸ ਫਿਲਮ ਨੇ ਸੰਦੇਸ਼ਾ ਦਿੱਤਾ ਪਹੁੰਚਣ ਦਾ। ਬਹੁਤ 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 ਇਹ ਤੋਂ ਇੰਪੋਰਟੈਂਸ ਪਤਾ ਲੱਗਦੀ ਹੈ ਫਿਲਮ ਦੀ, ਫਿਲਮ 'ਚ ਕਿ ਕਿਰਦਾਰ ਕਿਵੇਂ ਆਪਣਾ ਕਿਰਦਾਰ ਨਿਭਾਉਂਦੇ ਆ ਅਤੇ ਆਪਣੇ ਮਾਂ ਪਿਓ ਨੂੰ ਆਪਣਾ ਸਾਂਭ ਕੇ ਰੱਖੋ ਜਿੰਨਾ ਚਿਰ ਹੁੰਦਾ, ਬਾਅਦ 'ਚੋਂ ਵੀ ਉਹਨਾਂ ਦੀ ਗੱਲਾਂ 'ਤੇ ਅਮਲ ਕਰੋ, ਇਹੀ ਸੰਦੇਸ਼ਾ ਇਹ ਫਿਲਮ 'ਚ ਦੁਹਰਾ। ਬਾਕੀ ਥੈਂਕ ਯੂ ਵੀਰੇ। ਬਈ ਸਾਰੇ ਰਿਸ਼ਤਿਆਂ ਨੂੰ ਅਹਿਮੀਅਤ ਦੇਣੀ ਚਾਹੀਦੀ ਯਾਰ, ਸਾਰੇ ਇਕੱਠੇ ਰਹਿਣੇ ਚਾਹੀਦੇ ਹਨ। ਬਾਬਾ ਜੀ ਜੀ, ਹਾਂਜੀ ਹਾਂਜੀ, ਹਾਂਜੀ ਹਾਂਜੀ, ਬਹੁਤ 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 ਵਧੀਆ ਫਿਲਮ ਹੈ ਵੀਰ, ਇਹ ਆਮ ਸਮਾਜ ਨੂੰ ਸੇਧ ਦੇਵੇਗੀ ਅਤੇ ਲੋਕਾਂ ਨੂੰ ਆਪਣੇ ਰਿਸ਼ਤਿਆਂ ਬਾਰੇ ਅਤੇ ਆਪਣੇ ਬੱਚਿਆਂ ਬਾਰੇ ਬਹੁਤ ਅੱਗੇ ਵਾਸਤੇ ਸਾਂਭਣ ਦਾ ਸੁਨੇਹਾ ਦੇਵੇਗੀ। ਬਹੁਤ ਜ਼ਿਆਦਾ ਅਸੀਂ ਤਾਂ ਚਲੋ ਪਰਮਾਤਮਾ ਦੀ ਸਾਡੇ 'ਤੇ ਕਿਰਪਾ ਵੀ, ਅਸੀਂ ਗੁਰੂ ਨਾਲ ਪਹਿਲਾਂ ਜੁੜੇ ਹੋਏ ਹਾਂ, ਅੰਮ੍ਰਿਤਧਾਰੀ ਹੈਗੇ, ਆਪਣੇ ਮਾਂ ਬਾਪਾਂ ਦੀ ਸੇਵਾ ਕਰਦੇ, ਪਰ ਅੱਜ ਇਸ ਇਹੋ ਜਿਹੇ ਫਿਲਮਾਂ ਦੀ ਬਹੁਤ ਵੱਡੀ ਲੋੜ ਹੈ, ਜੋ ਬੱਚੇ ਮਾਂ ਬਾਪ ਦੀ ਸੇਵਾ ਨਹੀਂ ਕਰਦੇ ਉਹਨਾਂ ਵਾਸਤੇ ਬਹੁਤ ਤਕੜਾ ਸੁਨੇਹਾ ਇਹ। ਹਾਂਜੀ ਥੈਂਕ ਯੂ, ਬਹੁਤ ਬਹੁਤ ਵਧੀਆ ਬਾਈ, ਬਹੁਤ ਵਧੀਆ। ਅਰਦਾਸ ਜਦੋਂ ਫਿਲਮ 'ਚ ਹੁੰਦੀ ਹੈ ਤਾਂ ਫੀਲ ਹੁੰਦਾ ਕਿ ਹਾਂ ਹਾਂ ਬਹੁਤ ਜ਼ਿਆਦਾ ਸਾਰਾ ਕੁਛ ਐਂ ਹੁੰਦਾ, ਮਲੂਮ ਹੁੰਦਾ ਵੀ ਹਾਂ ਅਸਲ ਹੀ ਹੈ, ਚੰਗੀ ਲੱਗੀ ਫਿਲਮ, ਹਾਂ ਬਹੁਤ ਜ਼ਿਆਦਾ ਬਹੁਤ ਹਾਂ।
ਲੱਗੀ ਸਾਨੂੰ ਬਹੁਤ ਜ਼ਿਆਦਾ। ਬੱਚਿਆਂ ਲਈ ਵੀ ਇੱਕ ਹੈਗਾ ਕਿ ਬੱਚੇ ਵੀ ਆਪਦੇ ਮਾਂ ਬਾਪ ਦੀ ਹੈ ਨਾ ਕੇਅਰ ਕਰਨ। ਥੈਂਕ ਯੂ ਰੁਦ, ਬਾਏ ਕਰ ਦਿਓ। ਬਹੁਤ ਵਧੀਆ ਵੀਰੇ, ਬਹੁਤ ਵਧੀਆ ਸੁਨੇਹਾ ਦਿੱਤਾ। ਹਾਂਜੀ ਹਾਂਜੀ, ਹੋਰ ਹਾਂਜੀ, ਬਹੁਤ ਵਧੀਆ ਫਿਲਮ ਸੀ। ਹਾਂ ਹਾਂਜੀ, ਬਹੁਤ ਚੰਗਾ ਜੀ, ਆਪਣੇ ਮਾਪਿਆਂ ਨੂੰ ਇੰਨੇ ਛੱਡਣਾ ਚਾਹੀਦਾ ਮੈਸੇਜ ਮਿਲਦਾ ਜੀ ਸਾਰੇ। ਚੱਲ ਹੋਰ, ਬਹੁਤ ਵਧੀਆ ਜੀ, ਚੰਗਾ ਸੁਨੇਹਾ ਲੱਗਿਆ ਫਿਲਮ। ਹਾਂਜੀ ਬਹੁਤ ਸਨ, ਹਜ਼ੂਰ ਸਾਹਿਬ ਦੇ ਦਰਸ਼ਨ ਹੋ ਗਏ, ਬਹੁਤ ਹੋ ਗਏ। ਬਹੁਤ ਵਧੀਆ, ਹਾਂਜੀ ਉੱਥੇ ਬੈਠੇ ਅਸੀਂ, ਹਾਂਜੀ ਅਸੀਂ ਉੱਥੇ ਬੈਠੇ ਹਾਂ। ਬਹੁਤ ਅੱਛੀ ਲੱਗੀ ਸਾਨੂੰ, ਮਤਲਬ ਆਪਣੇ ਮਾਤਾ ਪਿਤਾ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਜੀ। ਕਈ ਵਾਰ ਇੱਦਾਂ ਹੁੰਦਾ ਕਿ ਅਜੇ ਟਾਈਮ ਬੀਤ ਜਾਂਦਾ ਜੀ ਬਹੁਤ, ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਜੀ ਜਾ ਕੇ, ਇਸ ਕਰਕੇ ਸ਼ੁਰੂ ਤੋਂ ਹੀ ਸਾਨੂੰ ਇਸ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਜੀ।